ਹਾਂਜੀ ਕਿੱਦਾਂ ਸਾਰੇ ਠੀਕ ਹੀ ਹੋਣੇ ਆ ਤੇ ਵੀਡੀਓ ਲੈ ਕੇ ਆਇਆ ਇੱਕ ਤੇ ਸ਼ੁਰੂ ਚ ਵੀਡੀਓ ਦੇ ਸਪਾਂਸਰਸ rau team ਤੇ ਗੱਲ ਕਰਾਂਗੇ ਇਹਨਾਂ ਬਾਰੇ ਕਿ ਤੁਸੀਂ ਕਰ ਸਕਦੇ ਇਹਨਾਂ ਨਾਲ ਗੱਲ ਕਰਕੇ ਹਾਂਜੀ ਇੱਥੇ ਕੈਨੇਡਾ ਕਿਸੇ ਵੀ ਮਾਰਕੀਟ ਜਾਓ ਨਾ ਗੱਲ ਸਾਰਿਆਂ ਦੇ ਕੰਮ ਦੀ ਆ ਚਲੋ ਦਿਖਾਉਣਾ ਮੈਂ ਤੁਹਾਨੂੰ ਆ ਮੈਂ ਚੀਜ਼ਾਂ ਰੱਖੀਆਂ ਇੱਥੇ ਕੋਲ ਨਾ ਭਈ ਕੋਈ ਵੀ ਗੱਲਬਾਤ ਕਰੀਦੀ ਆ ਕੀ ਕਹਿੰਦੇ ਹਾਂ ਦੇ ਪ੍ਰੈਕਟੀਕਲੀ ਕਰੀਦੀ ਗੱਲਾਂ ਨਾਲ ਦੀ ਨਾ ਤੇ ਸਾਰਿਆਂ ਤੋਂ ਪਹਿਲਾਂ ਸ਼ੁਰੂ ਕਰਦੇ ਆ ਹਾਂਜੀ ਹੈੱਡਫੋਨ ਸਾਰਿਆਂ ਕੋਲ ਹੁੰਦੇ ਆ ਤੇ ਸਾਰੇ ਜਣੇ ਆਪਣੇ ਆਪਣੇ ਹੈੱਡਫੋਨ ਚੈੱਕ ਕਰਿਓ ਤੇ ਦੇਖਿਓ ਐਕਚੁਅਲੀ ਗੱਲ ਕਿੱਦਾਂ ਮੈਂ ਸ਼ੁਰੂ ਕਰਦਾ ਓਕੇ ਮਾਰਕੀਟ ਹੀ ਜਾਓ ਕਦੀ ਵੀ ਨਾ ਹਰ ਕੋਈ ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ ਚਾਹੁੰਦਾ ਹਰ ਕੋਈ ਚਾਹੁੰਦਾ ਵਧੀਆ ਸਮਾਨ ਮਿਲੇ ਮੈਨੂੰ ਪਰ ਜਿੱਥੇ ਕੰਪਨੀਆਂ ਦੀ ਸੋਚ ਸ਼ੁਰੂ ਹੁੰਦੀ ਆ ਉੱਥੇ ਆਮ ਲੋਕਾਂ ਦੀ ਖਤਮ ਹੋ ਜਾਂਦੀ ਹੈ ਨਾ ਆਪਣੇ ਵੱਲੋਂ ਤਾਂ ਹਰ ਕੋਈ ਸਮਾਨ ਆਪਣੇ ਘਰੇ ਵਧੀਆ ਲੈ ਕੇ ਆਉਂਦਾ ਪਰ ਕਿੱਥੋਂ ਕੰਪਨੀ ਅੱਗੇ ਨਹੀਂ ਬੱਸ ਚੱਲ ਸਕਦਾ ਆਮ ਲੋਕਾਂ ਦਾ ਤੇ ਓਕੇ ਗੱਲ ਸ਼ੁਰੂ ਕਰਦੇ ਆ ਸ਼ੁਰੂ ਕਰਦੇ ਆ ਜੀ ਇਤੋਂ ਇਹਦਾ ਚਲੋ ਮੇਰੇ ਕੋਲ ਹੈੱਡਫੋਨ ਹੈ ਨਹੀਂ ਵੈਸੇ ਉਦਾਹਰਨ ਆਪਣੇ ਸਾਰੇ ਜਣੇ ਹੈੱਡਫੋਨ ਦੇਖਿਓ ਤੇ ਨਾ ਘੱਟਣ ਵਾਲੇ ਕੋਈ ਨਹੀਂ ਤੇ ਆ ਇੱਕ ਰੁਕ ਜਾ ਤੇ ਯਾਰ ਆ ਮੋਰੇ ਯਾਰ ਜਿਹੜੀਆਂ ਦੋ ਡੁੰਡੀਆਂ ਜੀਆਂ ਲੱਗੀਆਂ ਆ ਇਹ ਕਈਆਂ ਦੇ ਦੋ ਹੁੰਦੀਆਂ ਤੇ ਕਈਆਂ ਦੇ ਤਿੰਨ ਹੁੰਦੀਆਂ ਹੁਣ ਸਾਫ਼ ਦੇਸੀਆਂ ਇਹ ਸਾਰੇ ਜਣੇ ਚੈੱਕ ਕਰਿਓ ਆਪਣੇ ਹੈੱਡਫੋਨਾਂ ਤੇ ਨੈਪਰਾ ਨੂੰ ਕਰ ਲਵਾ ਭੈੜਾ ਲੱਗਦਾ ਕੱਟ ਕੇ ਆਉਣਾ ਸੀ ਚਲੋ ਕੋਈ ਨਹੀਂ ਇਹ ਸਾਰੇ ਜਣੇ ਦੇਖਿਓ ਇਹ ਜਾਂ ਦੋ ਹੁੰਦੀਆਂ ਜਾਂ ਤਿੰਨ ਹੁੰਦੀਆਂ ਚੈੱਕ ਕਰਿਓ ਇੱਕ ਵਾਰੀ ਆਪਣੇ ਹੈੱਡਫੋਨ ਓਕੇ ਜੀ ਤੇ ਓਕੇ ਤੇ ਆਪਣੇ ਸਪான்ਸਰਾਂ ਦੀ ਐਡ ਵੀ ਕਰਦੇ ਆ ਵਿੱਚ ਵੀਡੀਓ ਦੇ ਕੋਈ ਚੱਕਰ ਨਹੀਂ ਤੇ ਇਹਨਾਂ ਦਾ ਨੰਬਰ ਨੋਟ ਕਰ ਸਕਦੇ ਤੁਸੀਂ ਤੇ ਹਾਂਜੀ ਅਗਲੀ ਗੱਲ ਮੈਨੂੰ ਚਲੋ ਕੈਨੇਡਾ ਦਾ ਤਾਂ ਪਤਾ ਆ ਬਾਕੀ ਮੁਲਕਾਂ ਦਾ ਬਾਹਲੇ ਦੇਸ਼ਾਂ ਦਾ ਤੁਸੀਂ ਵੀ ਚੈੱਕ ਕਰਿਓ ਜੇ ਟਾਈਮ ਲੱਗਾ ਓਕੇ ਜੀ ਇਹ ਤੁਹਾਡੀ ਤੁਹਾਡੇ ਹੀ ਫਾਇਦੇ ਦੀ ਗੱਲ ਆ ਕਿ ਨਹੀਂ ਜਿੰਨੇ ਵੀ ਲਫਾਫੇ ਕੈਨੇਡਾ ਚਾਉਂਦੇ ਆ ਨਾ ਇਹਨਾਂ ਤੇ ਨੰਬਰ ਲਿਖੇ ਹੁੰਦੇ ਆ 1 ਤੋਂ ਲੈ ਕੇ 6 ਤੱਕ ਇਹ ਹੈਗਾ ਜੀ 4 ਨੰਬਰ ਵਾਲਾ ਆ ਹੈਗਾ ਨਾ ਦੇਖ ਸਕਦੇ ਤੁਸੀਂ ਤੇ ਜਿਹੜਾ ਬਾਲਮੜ ਦਾ ਲਫਾਫਾ ਆਮ ਲੋਕ ਵਰਤਦੇ ਆ ਮੈਨੂੰ ਹੁਣ ਘਰੇ ਦੋਈ ਲੱਭੇ ਨਹੀਂ ਇੱਕ ਤੋਂ 6 ਤੋਂ ਦਿਖਾ ਦੇਣੇ ਸੀਗੇ ਬਾਲਮੜ ਦੇ ਲਫਾਫੇ ਤੇ ਦੋ ਨੰਬਰ ਲਿਖਿਆ ਹੁੰਦਾ ਆ ਇੱਕ ਤੋਂ 6 ਤੱਕ ਹੁੰਦੇ ਆ ਇਹ ਤੇ ਇਹਨਾਂ ਦਾ ਕੋਈ ਕਾਰਨ ਆ ਐਵੇਂ ਨਹੀਂ ਲਿਖਿਓ ਬਈ ਉਦਾਂ ਹੀ ਲਿਖਤੇ ਜੀ ਚਲੋ ਜੀ ਤੇ ਬਾਕੀ ਮੇਨ ਗੱਲ ਜਿਹੜੀ ਮੁੱਦੇ ਦੀ ਗੱਲ ਆ ਸਬਜ਼ੀਆਂ ਜਾ ਫਾਲ ਸਾਰੇ ਹੀ ਖਾਂਦੇ ਆ ਤੇ ਵੀਡੀਓ ਸ਼ੇਅਰ ਕਰ ਦੋ ਵੱਧੋ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਇਹਦੇ ਬਾਰੇ ਫਾਇਦੇ ਦੀ ਗੱਲ ਹੀ ਆ ਆਪਣੇ ਵੱਲੋਂ ਤਾਂ ਆਪਾਂ ਸਭ ਭਲਾਈ ਸੋਚਦੇ ਆ ਤੇ ਇਹ ਵੀ ਭਲਾਈ ਆ ਹਾਂਜੀ ਤੇ ਅੱਗੇ ਵੀ ਮੈਂ ਸ਼ਾਇਦ ਵੀਡੀਓ ਚ ਕਿਹਾ ਹੋਊ ਡਿਲੀਟ ਹੋ ਗਈ ਸੀ ਸਭ ਤੋਂ ਮੇਨ ਗੱਲ ਜਿਹੜੇ ਬਾਹਰਲੇ ਦੇਖਾ ਚ ਰਹਿੰਦੇ ਕਿਰਪਾ ਕਰਕੇ ਕੋਈ ਵੀ ਫਰੂਟ ਲੈਣ ਤੋਂ ਪਹਿਲਾਂ ਆ ਨੰਬਰ ਚੈੱਕ ਕਰਿਓ ਮੇਨਤ ਵਾਲੀ ਗੱਲ ਹੀ ਆ ਇਹ ਨੰਬਰ ਵੀ ਦੱਸ ਦਿਨਾ ਕਿਹੜੇ-ਕਿਹੜੇ ਹੁੰਦੇ ਆ ਜਾਂ ਤਾਂ 3 ਹੁੰਦਾ ਜਾਂ 7 ਹੁੰਦਾ ਜਾਂ 8 ਹੁੰਦਾ ਜਾਂ 9 ਸ਼ੁਰੂ ਵਾਲਾ ਨੰਬਰ ਇੱਥੇ ਹੈਗਾ ਜੀ 4 ਸੱਚ 4 3 4 8 9 ਓਕੇ ਕੋਈ ਵੀ ਤੁਸੀਂ ਦੁਨੀਆ 'ਚ ਕੋਈ ਵੀ ਫਰੂਟ ਦੇਖ ਲਿਓ ਸਬਜ਼ੀ ਦੇਖ ਲਿਓ ਉਹਨਾਂ ਦਾ ਜਿਹੜਾ ਸ਼ੁਰੂ ਦਾ ਨੰਬਰ ਹੋਊਗਾ ਜਿੱਥੇ ਲੱਗਿਓ ਸਟicker ਬਾਹਰਲੇ ਮੁਲਕਾਂ 'ਚ ਨਾ ਉਹ 3 ਜਾਂ 4 ਜਾਂ 8 ਜਾਂ 9 ਤੋਂ ਸ਼ੁਰੂ ਹੁੰਨੇ ਆ ਹੋਰ ਕਿਸੇ ਨੰਬਰ ਤੋਂ ਨਹੀਂ ਸ਼ੁਰੂ ਹੁੰਨੇ ਦੇਖ ਲਿਓ ਜਮਾ ਕੇ ਤੇ ਦੇਖਿਓ ਇੱਕ ਵਾਰੀ ਲੈਣ ਲੱਗੇ ਤੇ ਇੱਕ ਹੋਰ ਗੱਲ ਤੇ ਬੋਰਸ਼ੇ ਦਾ ਤੁਸੀਂ ਸਾਰੇ ਕਰਦੇ ਆ ਚਲੋ ਮੈਂ ਤਾਂ ਘੱਟ ਵੱਧ ਹੀ ਕਰਦਾ ਉਹ ਤਾਂ ਕਰਦਾ ਆ ਓਏ ਤੇ ਇਹ ਹੈਗਾ ਜੀ ਆਪਣੇ ਸਾਰੇ ਜਣੇ ਛੋਟੇ ਹੁੰਦੇ ਤਾਂ ਆਪਾਂ ਇਹਨੂੰ ਕਾਲਗੇਟ ਹੀ ਕਹਿੰਦੇ ਹੁੰਦੇ ਸੀ ਪਤਾ ਹੀ ਨਹੀਂ ਸੀ ਪ੍ਰੀ ਨੂੰ ਟੂਥ ਪੇਸਟ ਕਹਿੰਦੇ ਆ ਤੇ ਇਹਦੇ ਥੱਲੇ ਵੀ ਸਿਰਫ ਵਰਲਡਵਾਈਡ ਚਾਰ ਕਲਰ ਹੁੰਦੇ ਆ ਨੈਂ ਪਰਾਂ ਰੱਖਾਂ ਕੱਟ ਕੇ ਆਉਣਾ ਸੀ ਵਰਲਡਵਾਈਡ ਚਾਰ ਕਲਰ ਹੁੰਦੇ ਆ ਨੀਲਾ ਲਾਲ ਗ੍ਰੀਨ ਤੇ ਬਲੈਕ ਰੈੱਡ ਬਲੂ ਗ੍ਰੀਨ ਤੇ ਬਲੈਕ ਕਿਰਪਾ ਕਰਕੇ ਹੁਣੇ ਹੀ ਆਪਣਾ ਟੂਥਪੇਸਟ ਦੇਖੋ ਤੇ ਇੱਥੇ ਕਮੈਂਟਾਂ 'ਚ ਰੰਗ ਲਿਖੋ ਤੁਹਾਡੇ ਕੋਲ ਕਿਹੜੇ ਟੂਥਪੇਸਟ ਰੰਗ ਵਾਲਾ ਟੂਥਪੇਸਟ ਆ ਤੇ ਕਿਰਪਾ ਕਰਕੇ ਮੈਂਤਾਲੀ ਗੱਲ ਨਹੀਂ ਆ ਤੁਹਾਡੀ ਸਿਹਤ ਦਾ ਹੀ ਗੱਲ ਆ ਕੋਈ ਇਦਾਂ ਨਹੀਂ ਜਾਵੇ ਆ ਦੇਖ ਲਓ ਜੀ ਮੇਰੇ ਕੋਲ ਹੈਗਾ ਬਲੂ 레드 ਬਲੂ ਬਲੈਕ ਗ੍ਰੀਨ ਕਿਹੜੇ ਕਲਰ ਦਾ ਤੁਹਾਡੇ ਕੋਲ ਟੂਥ ਟੂਥਪੇਸਟ ਆ ਦੱਸੋ ਕਿਰਪਾ ਕਰਕੇ ਸਾਰੇ ਕਮੈਂਟ ਕਰਿਓ ਜੀ ਹੋਰ ਵੀ ਮੈਂ ਚੀਜ਼ਾਂ ਲਿਆਉਂਗਾ ਜਿਹੜੀਆਂ ਤੁਹਾਡੀ ਲਾਈਫ ਨਾਲ ਸੰਬੰਧਿਤ ਆ ਤੇ ਦਿਖਾਉਂਗਾ ਵੀ ਕਿੱਦਾਂ ਫੈਕਟ ਹੁੰਦੀ ਤੁਹਾਡੀ ਲਾਈਫ ਤੇ ਇੱਕ ਗੱਲ ਹੋਰ ਤੇ ਅੱਜ ਹੈਗੀ ਜੀ 11 ਨਵੰਬਰ ਨਾ 11 11 ਸਿੰਗਲਸ ਡੇ ਕਿਹਾ ਜਾਂਦਾ ਇਹਨੂੰ ਤੇ ਓਕੇ ਇੱਕ ਮਸ਼ਹੂਰੀ ਸੁਣੋ ਵਿੱਚ ਤੇ ਸਰਾਓ ਟੀਮ ਅੱਜ ਦਾ ਵਿੱਚ ਫੈਕਟ ਵੀ ਦੱਸਦਾ ਮਸ਼ਹੂਰੀ ਫੈਕਟ ਨਾਲ ਰਿਲੇਟ ਕਰਕੇ ਦੱਸਦੀ ਦੀ ਆਪਾਂ ਆਪਾਂ ਮਹਾਨ ਬੰਦੇ ਹੁੰਨੇ ਆ ਹਾਂਜੀ ਅੱਜ ਹੈਗੀ 11 ਨਵੰਬਰ 11 11 1918 ਨੂੰ 1918 ਚ 11ਵੇਂ ਮਹੀਨੇ 11 ਵਜੇ ਤੇ 11ਵੇਂ ਦਿਨ 11ਵੇਂ ਮਹੀਨੇ ਦੇ 11ਵੇਂ ਦਿਨ ਤੇ 11ਵੇਂ ਘੰਟੇ ਚ ਲੜਾਈ ਖਤਮ ਹੋਈ ਸੀ ਵਰਲਡ ਵਾਰ ਪਹਿਲੀ ਤੇ ਉਹਦਾ ਲੱਗਣ ਦਾ ਕਾਰਨ ਕੀ ਸੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਫੈਸਲਾ ਵਾਰਲਡ ਵਾਰ ਕਰਾ ਸਕਦਾ ਹਾਂ ਜੀ ਮਿਲੀਅਨਾਂ ਲੋਕ ਮਰ ਗਏ ਸੀ ਇੱਕ ਛੋਟੀ ਜੀ ਗਲਤੀ ਕਰਕੇ ਛੋਟੀ ਜੀ ਗਲਤੀ ਕੀਤੀ ਸੀ ਵਾਰਲਡ ਵਾਈਡ ਲੱਗਣ ਦਾ ਵਾਰਲਡ ਵਾਰ ਲੱਗਣ ਦਾ ਕਾਰਨ ਪਹਿਲੀ ਦਾ ਜਿਹੜਾ ਡਰਾਈਵਰ ਸੀ ਉਹਨੇ ਗੱਡੀ ਗਲਤ ਪਾਸੇ ਮੋੜ ਲਈ ਸੀ ਤੇ ਜਾਣਾ ਉਹਨੇ ਹੋਰ ਕਿਸੇ ਪਾਸੇ ਸੀ ਤੇ ਇੱਕ ਡਰਾਈਵਰ ਨੇ ਗਲਤ ਗੱਡੀ ਮੋੜਨ ਨਾਲ ਹੀ ਪਹਿਲੀ ਵਾਰਲਡ ਵਾਰ ਲੱਗ ਗਈ ਸੀ ਐਕਸਪਲੇਨ ਚੰਗੀ ਤਰ੍ਹਾਂ ਕਰੂੰਗਾ ਇਸ ਤਰ੍ਹਾਂ ਹੀ ਤੁਹਾਡਾ ਇੱਕ ਫੈਸਲਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਤੇ ਫੈਸਲਾ ਤੁਸੀਂ ਹੁਣੇ ਹੀ ਲਓ ਨੰਬਰ ਲਿਖਿਆ ਹੋਇਆ ਆ ਤੇ ਸਰਾਉ ਟੀਮ ਅਕਤੂਬਰ ਦੀ ਬੈਸਟ ਟੀਮ ਹੈ ਆ ਜੀ ਤੇ ਇਹਨਾਂ ਕੋ ਲੰਡਨ ਅਨਟਾਰੀਓ ਚ ਲੰਡਨ ਅਨਟਾਰੀਓ ਚ ਲਾਟਾਂ ਆ ਜੀ 365 ਤੋਂ ਸ਼ੁਰੂ ਹੁੰਨੀਆਂ ਸਾਲਵਾਦ ਤੁਸੀਂ 1 ਲੱਖ ਡਾਲਰ ਦਾ ਪ੍ਰੋਫਿਟ ਕਰ ਸਕਦੇ ਆ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਨੰਬਰ ਲਿਖਿਓ ਸਾਰੇ 401 ਹਾਈਵੇ ਨੇੜੇ ਆ ਵਿਕਟੋਰੀਆ ਹਸਪਤਾਲ ਨੇੜੇ ਆ ਧਾਰਮਿਕ ਸਥਾਨਾਂ ਦੇ ਨੇੜੇ ਆ ਬ੍ਰੈਮਟਨ ਤੋਂ 1 ਘੰਟਾ 25 ਮਿੰਟ ਦੀ ਬਾਅਦ ਹੈ ਇਹਨਾਂ ਨਾਲ ਕੰਟੈਕਟ ਕਰੋ ਤੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਜੇ ਕੋਈ ਇਹਨਾਂ ਨਾਲ ਕੰਮ ਕਰਨ ਦਾ ਟੀਮ ਦਾ ਬਣਨ ਦਾ ਚਾਹਵਾਨ ਹਾਰਡ ਵਰਕਰ ਹੈ ਤਾਂ ਵੀ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਬਹੁਤ ਵਧੀਆ ਡੀਲਾਂ ਆਈਆਂ ਆ ਨਹੀਂ ਮੁੜ ਕੇ ਨਹੀਂ ਮਿਲਣੀਆਂ ਓਕੇ ਹੁਣ ਮੈਂ ਮਸ਼ਹੂਰੀ ਨਾਲੇ ਖੋਰ ਕਰਨ ਲੇਟ ਕਰ ਦੇਣਾ ਅੱਜ 11 ਨਵੰਬਰ ਆ अलीबाबा.com ਤੇ ਸੇਲ ਚੱਲਣ ਢਈ ਆ ਜੇ ਕਿਸੇ ਨੇ ਕੁਝ ਲੈਣਾ ਲੈ ਲਓ ਉਹ ਨਹੀਂ ਇੰਨੀ ਕਿ ਸੇਲ ਕਰਤੀ ਆ ਨਾ ਭੀ ਜਿੰਨੀ ਪੂਰੇ ਸਾਲ ਚ ਆਪਣੀ ਫਲਿੱਪਕਾਰਡ ਤੇ ਐਮਾਜ਼ਾਨ ਇੰਡੀਆ ਨੇ 2017 ਚ ਕੀਤੀ ਸੀ अलीबाबा.com ਨੇ 1 ਘੰਟੇ ਜਿੰਨੀ ਸੇਲ ਕਰਤੀ ਆ ਤੇ ਉਹਦਾ ਜਿਹੜਾ ਮਾਲਕ ਆ ਜੈਕ ਮਾਨ ਆ ਤੇ ਉਸ ਵੇਲੇ 35 ਬਿਲੀਅਨ ਡਾਲਰ ਦਾ ਮਾਲਕ ਆ ਨਾ ਤੇ ਉਹਦੀ ਉਹਨੂੰ ਉਹ ਬੰਦੇ ਨੂੰ ਦੇਖ ਲਓ ਪੀਜੀ ਵਾਲਿਆਂ ਨੇ ਨੌਕਰੀ ਨਹੀਂ ਸੀ ਦਿੱਤੀ ਐਸ ਵੇਲੇ 35 ਬਿਲੀਅਨ ਡਾਲਰ ਦਾ ਮਾਲਕਾ ਉਹਦੀ ਸੋਚ ਇਹ ਸੀ ਵੀ ਪੈਸਾ ਬਣਦਾ ਹੀ ਇਨਵੈਸਟ ਕਰਕੇ ਆ ਤੇ ਫਿਰ ਅਗਲਾ ਸਾਈਕਲ ਤੇ ਜਾਂਦਾ ਹੁੰਦਾ ਸੀ ਚਾਈਨਾ ਚ ਜਿੱਥੇ ਟੂਰਿਸਟ ਆਉਂਦੇ ਉਹਨਾਂ ਕੋਲੋਂ ਇੰਗਲਿਸ਼ ਸਿੱਖਣ ਤੇ ਐਸ ਵੇਲੇ ਬਿਲੀਅਨਾਂ ਡਾਲਰ ਦਾ ਮਾਲਕਾ ਇਸ ਲਈ ਜੇ ਤੁਸੀਂ ਅਮੀਰ ਹੋਣਾ ਚਾਹੁੰਦੇ ਆ ਤਾਂ ਪੈਸਾ ਕਿਸੇ ਵਾਸਤੇ ਇਨਵੈਸਟ ਕਰੋ ਸਿੱਧੀ ਜੀ ਗੱਲ ਐ ਮੈਂ ਤਾਂ ਆਪ ਦਿਹਾੜੀਆਂ ਕਰਦਾ ਦਿਹਾੜੀਆਂ ਚ ਕੁਝ ਨਹੀਂ ਰੱਖਿਆ ਇਨਸ਼ਾਅੱਲਾ ਮੈਂ ਕੋਈ ਵੀ ਪੈਸੇ ਚਾਹ ਰਾਂ ਮੈਂ ਇਨਵੈਸਟ ਕਰਾਂਗਾ ਜੇ ਤੁਹਾਡੇ ਕੋ ਕੋ ਹੈਗੇ ਆ ਤੁਸੀਂ ਕਿਤੇ ਵੀ ਰਹਿੰਦੇ ਆ ਤੇ ਇਹ ਨੰਬਰ ਤੇ ਕੰਟੈਕਟ ਕਰੋ ਤੇ ਬਾਣੀ ਜਾਓ ਕਰੋੜਪਤੀ ਹੱਸਦੇ ਰਹੋ ਬਸਦੇ ਰਹੋ ਤੇ ਸਾਰਾ ਕੁਝ ਆ ਜੋ ਜੋ ਮੈਂ ਪੁੱਛਿਆ ਨਾ ਤੇ ਆ ਨੰਬਰ ਦੇਖਿਓ ਤੇ ਟੂਥ ਪੇਸਟ ਦਾ ਦੇਖਿਓ ਕੀ ਕਿਹੜਾ ਕਲਰ ਆ ਤੇ ਬਾਕੀ ਲਫਾਫਿਆਂ ਦਾ ਦੇਖਿਓ ਤੇ ਕਾਰਨ ਇਹਨਾਂ ਦੇ ਮੈਂ ਦੱਸੂਗਾ ਹੱਸਦੇ ਰਹੋ ਬਸਦੇ ਰਹੋ ਹਿੰਦੀ ਚ ਸਵਾਲ ਅਦਿਓਸ ਬੰਦੀ ਨਹੀਂ ਹੋਈ ਕਰ